ਸਤਿ ਸ਼੍ਰੀ ਅਕਾਲ ਟੀਵੀ 84 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ ਜੰਮੂ ਦੇ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਤੇ ਉੜੀ ਤੋਂ ਵੀ ਵੱਡਾ ਅੱਤਵਾਦੀ ਹਮਲਾ 35 ਜਵਾਨ ਸ਼ਹੀਦ 25 ਜ਼ਖਮੀ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਨੇ ਇਸ ਹਮਲੇ ਦੀ ਲਈ ਜ਼ਿੰਮੇਵਾਰੀ 1 ਕਿਲੋ ਦੇ ਕਰੀਬ IED ਦਾ ਇਸਤੇਮਾਲ ਕੀਤਾ ਧਮਾਕੇ ਲਈ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਤੀਜਾ ਦਿਨ ਵੀ ਰਿਹਾ ਹੰਗਾਮੇ ਭਰਪੂਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪ੍ਰਸਤਾਵ ਹੋਇਆ ਪਾਸ ਅਕਾਲੀ ਦਲ ਨੇ ਸਦਨ ਦਾ ਕੀਤਾ ਬਾਈਕਾਟ ਕਾਂਗਰਸ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਅਕਾਲੀ ਵਿਧਾਇਕ NK ਸ਼ਰਮਾ ਦੀ ਜਾਇਦਾਦ ਦੀ ਹੋਵੇਗੀ ਜਾਂਚ ਵਿਧਾਨ ਸਭਾ ਦੇ ਸਪੀਕਰ ਨੇ ਪਿਛਲੇ 10 ਸਾਲਾਂ ਦੌਰਾਨ ਦੋਵਾਂ ਵਿਧਾਇਕਾਂ ਵੱਲੋਂ ਖਰੀਦੀਆਂ ਜਾਇਦਾਦਾਂ ਦੀ ਜਾਂਚ ਦੇ ਜਾਰੀ ਕੀਤੇ ਹੁਕਮ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਦੀ ਵੀ ਜਾਇਦਾਦ ਦੀ ਜਾਂਚ ਕੀਤੇ ਜਾਣ ਦੀ ਉੱਠੀ ਮੰਗ ਸਦਨ ਦੇ ਬਾਹਰ ਅਕਾਲੀ ਦਲ ਨੇ ਵੱਡੇ ਖਿਡੌਣਾ ਸਮਾਰਟਫੋਨ ਕੈਪਟਨ ਅਮਰਿੰਦਰ ਸਿੰਘ ਤੇ ਵਿੰਨਿਆ ਨਿਸ਼ਾਨਾ ਵਿਕਰਮ ਮਜੀਠੀਆ ਨੇ ਕਿਹਾ ਕੈਪਟਨ ਨੇ ਮੋਬਾਈਲ ਫੋਨ ਦੇਣ ਦਾ ਕੀਤਾ ਸੀ ਵਾਅਦਾ ਜਿਸ ਤੋਂ ਮੁਕਰ ਗਏ ਤੇ ਡੇਰਾ ਬਿਆਸ ਤੇ ਲੱਗੇ ਲੋਕਾਂ ਦੀਆਂ ਜਾਇਦਾਦਾਂ ਤੇ ਕਬਜ਼ਾ ਕਰਨ ਦੇ ਦੋਸ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਸਿੱਖ ਜਥੇਬੰਦੀਆਂ ਨੇ ਗੁਰਵਿੰਦਰ ਸਿੰਘ ਢਿੱਲੋਂ ਤੇ ਲਗਾਏ ਇਲਜ਼ਾਮ ਮੁੱਖ ਮੰਤਰੀ ਤੋਂ ਵੀ ਮੰਗਿਆ ਇਨਸਾਫ਼ ਤੇ ਹੁਣ ਖ਼ਬਰਾਂ ਵਿਸਥਾਰ ਨਾਲ 2016 ਦੇ ਉੜੀ ਦਹਿਸ਼ਤੀ ਹਮਲੇ ਤੋਂ ਬਾਅਦ ਅੱਜ ਜੰਮੂ ਤੇ ਕਸ਼ਮੀਰ ਵਿੱਚ ਦੂਜਾ ਵੱਡਾ ਦਹਿਸ਼ਤੀ ਹਮਲਾ ਹੋਇਆ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀਆਂ ਨੇ CRPF ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ IED ਧਮਾਕਾ ਕੀਤਾ ਜਿਸ ਵਿੱਚ 35 ਜਵਾਨ ਸ਼ਹੀਦ ਹੋ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ ਪਰ ਅਧਿਕਾਰਿਤ ਤੌਰ 'ਤੇ 25 ਜਵਾਨਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼ ਏ ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਨੇ ਲਈ ਹੈ ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਘਾਟੀ ਨੂੰ ਛੱਡ ਕੇ ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇ ਸਕਦੇ ਨੇ ਘਟਨਾ ਦਾ ਜਾਇਜ਼ਾ ਲੈਣ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਪੁਲਵਾਮਾ ਜਾਣਗੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਤੀਜਾ ਦਿਨ ਵੀ ਹੰਗਾਮੇ ਦੀ ਪੇਂਟ ਚੜ ਗਿਆ ਵੀਰਵਾਰ ਨੂੰ ਵਿਧਾਨ ਸਭਾ ਵਿੱਚ ਹੰਗਾਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਕੇ ਹੋਇਆ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕ ਫੂਲਕਾ ਦੀ ਸਲਾਹ ਜੱਚ ਗਈ ਅਕਾਲੀ ਦਲ ਇਸ 'ਤੇ ਖਫਾ ਹੋ ਗਿਆ ਅਤੇ ਵਿਧਾਨ ਸਭਾ ਤੋਂ ਬਾਹਰ ਚਲਾ ਗਿਆ 2 ਸਾਲ ਬੀਤਣ ਤੋਂ ਬਾਅਦ ਵੀ 2 ਬਜਟ ਪੇਸ਼ ਹੋਣ ਤੋਂ ਬਾਅਦ ਵੀ 1 ਵੀ ਵਾਅਦਾ ਕਾਂਗਰਸ ਨੇ ਪੂਰਾ ਨਹੀਂ ਕੀਤਾ ਭਾਵੇਂ ਉਹ ਕਿਸਾਨੀ ਨਾਲ ਹੈ ਭਾਵੇਂ ਉਹ ਦਲਿਤ ਨਾਲ ਹੈ ਭਾਵੇਂ ਉਹ ਨੌਜਵਾਨਾਂ ਨਾਲ ਹੈ ਭਾਵੇਂ ਉਹ ਬੈਕਵਰਡ ਕਲਾਸ ਨਾਲ ਹੈ ਭਾਵੇਂ ਉਹ ਵਪਾਰੀ ਨਾਲ ਹੈ ਭਾਵੇਂ ਉਹ ਇੰਡਸਟਰੀ ਨਾਲ ਅੱਜ ਉਹ ਸਾਰੇ ਮੁੱਦੇ ਪਹਿਲਾਂ ਅਸੀਂ ਕਿਸਾਨੀ ਦਾ ਚੁੱਕਿਆ ਫਿਰ ਟੀਚਰਾਂ ਨਾਲ ਧੱਕੇਸ਼ਾਹੀ ਦਾ ਚੁੱਕਿਆ ਕਿਉਂਕਿ ਨੌਜਵਾਨ 50 ਲੱਖ 55 ਲੱਖ ਨੌਜਵਾਨ ਹੈ ਜਿਹਨੂੰ ਅੱਜ ਤੱਕ ਇਹ ਵਹਿਦੇ ਘਰ ਘਰ ਨੌਕਰੀ ਦੇ ਮੋਬਾਈਲ ਫੋਨਾਂ ਦੇ ਬੇਰੋਜ਼ਗਾਰੀ ਭੱਤੇ ਦੇ 1 ਵੀ ਵਾਅਦਾ ਪੂਰਾ ਨਹੀਂ ਹੋਇਆ ਸਭ ਨੂੰ ਠੱਗਣ ਦਾ ਕੰਮ ਕੀਤਾ ਸਭ ਨੂੰ ਮਿਸਲੀਡ ਕਰਨ ਦਾ ਕੰਮ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਵਿਧਾਇਕ HS ਫੂਲਕਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਹੱਕ ਵਿੱਚ ਨਿਤਰ ਆਏ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਫੂਲਕਾ ਸਾਹਿਬ ਨੂੰ ਸਨਮਾਨਿਤ ਕਰਨ ਦੀ ਗੱਲ ਕਰ ਰਹੇ ਸੀ ਤੇ ਹੁਣ ਗਿਰਗਿਟ ਦੀ ਤਰ੍ਹਾਂ ਰੰਗ ਬਦਲ ਰਹੇ ਨੇ ਉਹਨਾਂ ਕਿਹਾ ਕਿ ਫੂਲਕਾ ਨੇ ਚੋਣਾਂ ਕਰਵਾਉਣ ਦਾ ਜੋ ਮੁੱਦਾ ਵਿਧਾਨ ਸਭਾ ਵਿੱਚ ਰੱਖਿਆ ਏ ਇਹ ਲੋਕਤੰਤਰ ਦਾ ਅਧਿਕਾਰ ਏ ਜੋ ਕਿ ਅਕਾਲੀਆਂ ਨੇ ਲੋਕਾਂ ਤੋਂ ਖੋਇਆ ਏ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ 3 ਸਾਲਾਂ ਤੋਂ ਇਹ ਚੋਣਾਂ ਰੋਕੀਆਂ ਹੋਈਆਂ ਨੇ ਉਹਨਾਂ ਕਿਹਾ ਕਿ ਭਾਜਪਾ ਨਹੀਂ ਚਾਹੁੰਦੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਇਸ ਲਈ ਅਕਾਲੀ ਸਰਕਾਰ ਦੇ ਸਮੇਂ ਵੀ ਇਹ ਚੋਣਾਂ ਨਹੀਂ ਹੋ ਸਕੀਆਂ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਗੁਰਦੁਆਰੇ ਸੰਭਾਲਣ ਦਾ ਪੂਰਾ ਹੱਕ ਹੈ SGPC ਚੋਣਾਂ ਦੀ ਤਰੀਕ ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਇਹਨਾਂ ਚੋਣਾਂ ਦਾ ਲੋਕ ਸਭਾ ਚੋਣਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਚੋਣਾਂ ਜਲਦੀ ਤੋਂ ਜਲਦੀ ਹੋਣੀਆਂ ਚਾਹੀਦੀਆਂ ਨੇ ਮਹੀਨਾ ਪਹਿਲਾਂ ਫੂਲਕਾ ਸਾਹਿਬ ਨੂੰ ਸਨਮਾਨਿਤ ਕਰਨ ਦੀ ਗੱਲ ਕਰ ਰਿਹਾ ਸੀ ਜਦੋਂ ਫੂਲਕਾ ਸਾਹਿਬ ਨੇ ਇਹਨਾਂ ਦੀਆਂ ਕੁਰੀਤੀਆਂ ਦੀ ਗੱਲ ਕੀਤੀ ਲੋਕਤੰਤਰ ਨੂੰ ਡੰਡਾ ਤੰਤਰ ਬਣਾਉਣ ਵਾਲੇ ਬੰਦੇ ਜਿਹੜੇ ਡੈਮੋਕ੍ਰੇਸੀ ਨੂੰ ਕਿੱਲ ਕਰ ਰਹੇ ਆ ਇਲੈਕਸ਼ਨ ਨਹੀਂ ਕਰਾਉਂਦੇ ਔਰ ਆਪਣੇ ਢੰਗ ਦੇ ਨਾਲ ਹਰ ਗੱਲ ਨੂੰ ਘੁਮਾਉਂਦੇ ਆ ਅਤੇ ਕੋੜ ਕਿੱਲੇ ਵਾਂਗ ਰੰਗ ਬਦਲ ਗਏ ਅੱਜ ਇਹ ਨਾਲ ਹੀ ਫੂਲਕਾ ਸਾਹਿਬ ਨਹੀਂ ਰਹੇ ਅੱਜ ਇਹ ਨੋ ਬਡੀ ਹੈਜ਼ ਦੀ ਰਾਈਟ ਟੂ ਕੁਐਸਚਨ ਦੀ ਮੈਂਬਰਸ਼ਿਪ ਆਫ ਅ ਮੈਂਬਰ ਇਹ ਡੈਮੋਕ੍ਰੈਟਿਕ ਅਧਿਕਾਰ ਹੈ ਉਹ ਚੁਣੇ ਹੋਏ ਨੁਮਾਇੰਦੇ ਆ ਇਹ ਹੁਣ ਕਿੱਥੋਂ ਆ ਗਿਆ ਸਵਾਲ CPC ਦੀ ਇਲੈਕਸ਼ਨ ਥੋੜ੍ਹਾ ਪਰੇ ਹੋ ਜਾ ਇਟਸ ਅ ਨੈਸ਼ਨਲ ਐਕਟ ਪਾਰਲੀਮੈਂਟ ਨੂੰ ਪਾਸ ਕਰਨਾ ਚਾਹੀਦਾ ਹੈ 2016 ਦੇ ਵਿੱਚ ਡਿਊ ਸੀ ਐਂਡ ਇਹ ਇਹਨਾਂ ਦੀ ਸਰਕਾਰ ਹੈ ਉੱਥੇ ਵੀ ਇਹ BJP ਦੇ ਭਾਈਵਾਲ ਨੇ ਉੱਥੇ ਪਰ ਇਹ ਕਰਾਉਣਾ ਨਹੀਂ ਚਾਹੁੰਦੇ ਤਾਂ ਹੀ ਨਹੀਂ ਤਾਂ 2016 ਇਹਨਾਂ ਦੀ ਸਰਕਾਰ ਸੀ ਉਹ ਕਰਾ ਲੈਂਦੇ ਸੋ ਵੀ ਹੈਵ ਟੂਡੇ ਸਾਰਾ ਪੰਜਾਬ ਦੀ ਯੂਨੈਨਿਮਿਟੀ ਅਕਾਲੀ ਦਲ ਨੂੰ ਛੱਡ ਕੇ ਇਸ ਗੱਲ 'ਤੇ ਹੈ ਕਿ ਸ਼ੁਰੂ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਹੈ ਇਸ ਮੁਲਕ 'ਚ ਔਰ ਇਸ SGPC ਦੀ ਇਲੈਕਸ਼ਨ ਕੀਤੀ ਜਾਵੇ ਵਿਚ ਇਜ਼ 3 ਈਅਰਸ ਓਵਰ ਡਿਊ ਐਂਡ ਅਧਿਕਾਰ ਮੇਰਾ ਖਿਆਲ ਹਾਊਸ ਨੇ ਮੈਨੂੰ ਦਿੱਤਾ ਹੈ ਕਿ ਹੋਮ ਮਿਨਿਸਟਰ ਨਾਲ ਮੈਂ ਗੱਲ ਟੇਕ ਅਪ ਕਰਾਂ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੇ ਅੱਜ ਤੀਜੇ ਦਿਨ ਰਾਜਪਾਲ ਦੇ ਭਾਸ਼ਣ ਤੇ ਬਹਿਸ ਦੌਰਾਨ ਸਪੀਕਰ ਨੇ ਇੱਕ ਹੁਕਮ ਜਾਰੀ ਕੀਤਾ
ਉਹਨਾਂ ਫਤਿਹਗੜ੍ਹ ਸਾਹਿਬ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਡੇਰਾ ਬੱਸੀ ਹਲਕੇ ਤੋਂ ਅਕਾਲੀ ਵਿਧਾਇਕ ਐਨ ਕੇ ਸ਼ਰਮਾ ਵੱਲੋਂ ਪਿਛਲੇ 10 ਸਾਲਾਂ ਦੌਰਾਨ ਖਰੀਦੀਆਂ ਜਾਇਦਾਦਾਂ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ। ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸੁਝਾਅ ਦਿੱਤਾ ਕਿ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਵੱਲੋਂ ਖਰੀਦੀਆਂ ਜਾਇਦਾਦਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਪੰਜਾਬ ਦੀ ਸਿਆਸਤ ਦੇ ਮੱਦੇਨਜ਼ਰ ਸਪੀਕਰ ਦਾ ਇਹ ਹੁਕਮ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਦਰਅਸਲ ਕਾਂਗਰਸ ਪਾਰਟੀ ਹੁਣ ਇਹ ਦਿਖਾਉਣਾ ਚਾਹੁੰਦੀ ਹੈ ਕਿ ਮਨਪ੍ਰੀਤ ਬਾਦਲ ਦੇ ਮੁਕਾਬਲੇ ਸੁਖਬੀਰ ਬਾਦਲ ਦੀ ਜਾਇਦਾਦ ਇੰਨੀ ਜ਼ਿਆਦਾ ਕਿਵੇਂ ਵੱਧ ਗਈ। ਮਨਪ੍ਰੀਤ ਬਾਦਲ ਖੁਦ ਵੀ ਪਹਿਲਾਂ ਇਹੋ ਸਵਾਲ ਆਪਣੇ ਭਾਸ਼ਣਾਂ ਦੌਰਾਨ ਉਠਾਉਂਦੇ ਰਹੇ ਨੇ। ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀ ਸੱਤਾ ਹਾਸਲ ਕਰਨ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਵਿਰੋਧੀ ਪਾਰਟੀ ਅਕਾਲੀ ਦਲ ਵੱਲੋਂ ਲਗਾਤਾਰ ਹਮਲੇ ਜਾਰੀ ਨੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਮੋਬਾਈਲ ਫੋਨ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਾ ਕਰਨ ਤੇ ਅੱਜ ਅਕਾਲੀ ਦਲ ਦੇ ਆਗੂ ਤੇ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਵਿਧਾਨ ਸਭਾ ਦੇ ਬਾਹਰ ਕੈਪਟਨ ਦੇ ਫੋਨਾਂ ਦੀ ਹੱਟੀ ਲਗਾਈ ਗਈ। ਅਕਾਲੀ ਦਲ ਵੱਲੋਂ ਹੱਟ ਉੱਤੇ ਡੰਮੀ ਮੋਬਾਈਲ ਫੋਨ ਵੰਡੇ ਗਏ। ਉਹਨਾਂ ਵੱਲੋਂ ਵੰਡੇ ਗਏ ਡੰਮੀ ਮੋਬਾਈਲਾਂ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਾਰਟੂਨ ਪ੍ਰਿੰਟ ਕਰਨ ਦੇ ਨਾਲ ਨਾਲ ਲਿਖਿਆ ਗਿਆ ਕਿ ਕੈਪਟਨ ਦੇ ਫੋਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਡੰਮੀ ਮੋਬਾਈਲ ਫੋਨ ਵੰਡੇ ਗਏ ਸਨ। ਇੱਕ ਵੀ ਵਾਅਦਾ ਕਾਂਗਰਸ ਨੇ ਪੂਰਾ ਨਹੀਂ ਕੀਤਾ, ਭਾਵੇਂ ਉਹ ਕਿਸਾਨੀ ਨਾਲ ਹੈ, ਭਾਵੇਂ ਉਹ ਦਲਿਤ ਨਾਲ ਹੈ, ਭਾਵੇਂ ਉਹ ਨੌਜਵਾਨਾਂ ਨਾਲ ਹੈ, ਭਾਵੇਂ ਉਹ ਬੈਕਵਰਡ ਕਲਾਸ ਨਾਲ ਹੈ, ਭਾਵੇਂ ਉਹ ਵਪਾਰੀ ਨਾਲ ਹੈ, ਭਾਵੇਂ ਉਹ ਇੰਡਸਟਰੀ ਨਾਲ। ਅੱਜ ਉਹ ਸਾਰੇ ਮੁੱਦੇ, ਪਹਿਲਾਂ ਅਸੀਂ ਕਿਸਾਨੀ ਦਾ ਚੁੱਕਿਆ, ਫਿਰ ਟੀਚਰਾਂ ਨਾਲ ਧੱਕੇਸ਼ਾਹੀ ਦਾ ਚੁੱਕਿਆ, ਅੱਜ ਅਸੀਂ ਮੋਬਾਈਲ ਲੈ ਕੇ ਆਏ ਹਾਂ। ਪਤਾ ਨਹੀਂ ਕਾਂਗਰਸ ਨੇ ਮੋਬਾਈਲ ਕਦੋਂ ਦੇਣੇ ਆ, ਮਗਰ ਅਸੀਂ ਅੱਜ ਦੇ ਕੇ ਚੱਲੇ ਹਾਂ। ਇਸ ਮੋਬਾਈਲ ਦਾ ਫਾਇਦਾ ਹੀ ਫਾਇਦਾ, ਇਹਦੀ ਕੋਈ ਹੈਲਥ ਹੈਜ਼ਰਡ ਨਹੀਂ, ਜਿੰਨਾ ਮਰਜ਼ੀ ਵਰਤੋ, ਇਹਦੀ ਬੈਟਰੀ ਨਹੀਂ ਕਦੇ ਡਾਊਨ ਹੋਣੀ, ਇਹ 'ਚ ਰੋਮਿੰਗ ਇੰਟਰਨੈਸ਼ਨਲ ਰੋਮਿੰਗ ਫ੍ਰੀ ਹੈ, ਇਹ CID ਵਾਲਿਆਂ ਦੇ ਬੜੇ ਕੰਮ ਆਉਣਾ। ਭਾਵਰਾ ਸਾਹਿਬ ਨੇ ਹੋਰ ਕੋਈ DGP ਇੰਟੈਲੀਜੈਂਸ ਦੇ ਫੋਨ ਚੁੱਕਣ ਨਾ ਚੁੱਕਣ, ਇਹ ਜਦ ਇਤਰਾ ਵੱਜਿਆ ਉਹਨਾਂ ਨੇ ਚੁੱਕ ਲੈਣਾ, ਘਰ ਘਰ ਨੌਕਰੀ ਦਾ ਸੁਨੇਹਾ ਇਹਦੇ 'ਤੇ ਆਉਣਾ। ਇਸ ਲਈ ਇਹਦੇ 'ਚ ਫਾਇਦੇ ਹੀ ਫਾਇਦੇ ਆ, ਕੋਈ ਨੁਕਸਾਨ ਨਹੀਂ। ਅੱਜ ਅਸੀਂ ਚਾਹੁੰਦੇ ਹਾਂ ਕਿ ਸ਼ਾਇਦ ਸੁੱਤੀ ਪਈ ਕਾਂਗਰਸ ਜਾਗ ਜੂ ਅਤੇ ਕਾਂਗਰਸ ਦਾ ਫੋਨ, ਫਿਰ ਅਸੀਂ ਕਹਿੰਦੇ ਜਾਂ ਤਾਂ ਆਈਫੋਨ ਨੌਜਵਾਨਾਂ ਨੂੰ ਦੇਣ, ਚੰਗੀ ਕੁਆਲਿਟੀ ਦੇ ਦੇਣ, ਫਿਰ ਤਾਂ ਕੋਈ ਨਹੀਂ। ਮਗਰ ਜੇ ਉਹ ਜੇ ਮੇਡ ਇਨ ਚਾਈਨਾ ਜਾਂ ਮਾੜੀ ਕੁਆਲਿਟੀ ਦਾ ਕੋਈ ਫੋਨ ਦੇਣਾ ਜਿਹਦੀ ਬੈਟਰੀ ਪਾਰਟ, ਜੇ ਉਹਦੇ ਮੈਂ ਸਖ਼ਤ ਵਿਰੋਧ 'ਚ ਰਹੂੰਗਾ। ਪੰਜਾਬ ਦੀ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੇ ਤੀਜੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਇੱਕ ਪ੍ਰਸਤਾਵ ਪਾਸ ਕੀਤਾ ਗਿਆ। SGPC ਦੀਆਂ ਚੋਣਾਂ ਸੰਬੰਧੀ ਵਿਧਾਇਕ HS ਫੂਲਕਾ ਵੱਲੋਂ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ। ਪੇਸ਼ ਪ੍ਰਸਤਾਵ ਵਿੱਚ ਉਹਨਾਂ ਕਿਹਾ ਕਿ ਇਹ ਮੁੱਦਾ ਹਾਊਸ ਤੇ ਪੰਜਾਬ ਸਰਕਾਰ ਆਪਣੇ ਕੋਲ ਲਵੇ। ਫੂਲਕਾ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਦਾ ਸੱਤਾਧਾਰੀ ਕਾਂਗਰਸ ਵੱਲੋਂ ਵੀ ਸਮਰਥਨ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੇ ਬੋਲਦਿਆਂ ਕਿਹਾ ਕਿ ਇਹ ਗੱਲ ਬਿਲਕੁਲ ਸੱਚ ਹੈ। ਉਹਨਾਂ ਕਿਹਾ ਕਿ SGPC ਦੀਆਂ ਚੋਣਾਂ ਕਈ ਸਾਲ ਪਹਿਲਾਂ ਹੋਣੀਆਂ ਚਾਹੀਦੀਆਂ ਸਨ ਜੋ ਨਹੀਂ ਹੋਈਆਂ। ਇਸ ਸੰਬੰਧੀ ਸਦਨ ਵਿੱਚ ਪ੍ਰਸਤਾਵ ਪੇਸ਼ ਕੀਤਾ ਗਿਆ। ਦੇਖੋ, ਅੱਜ ਵਾਲਾ ਜੋ ਮਸਲਾ ਸੀ ਬਹੁਤ ਹੀ ਮਹੱਤਵਪੂਰਨ ਸੀ, ਔਰ ਕੱਲ੍ਹ ਵਾਲਾ ਵੀ ਥਾ ਬਹੁਤ ਹੀ ਇੰਪੋਰਟੈਂਟ ਥਾ। ਜੇ ਦੋਨੇ ਇਸ਼ੂ SGPC ਕੇ ਇਲੈਕਸ਼ਨ ਕੇ ਲੀਏ, SGPC ਕੇ ਇਲੈਕਸ਼ਨ ਜੋ ਪ੍ਰਧਾਨ ਮੰਤਰੀ ਕੀ ਕਾ ਜਵਾਬ ਮੇਰੀ ਚਿੱਠੀ ਕਾ ਆਇਆ, ਮੁਝੇ ਆਇਆ ਜਵਾਬ, ਤੋ ਵੋ ਉਸਮੇ ਲਿਖਾ ਹੈ ਕਿ SGPC ਕਾ ਜੋ ਕਾਰਜਕਾਲ ਹੈ, ਜੋ ਟਨਿਓਰ ਹੈ, ਉਹ December 2016 ਮੇਂ ਖਤਮ ਹੋ ਗਈ, ਔਰ SGPC ਕੇ ਇਲੈਕਸ਼ਨ ਡਿਊ ਹੈ, ਔਰ ਉਸਕੇ ਲੀਏ ਸੈਂਟਰ ਕੇਂਦਰੀ ਸਰਕਾਰ ਨੇ ਰਿਟਾਇਰ ਜੱਜਸ ਕਾ ਪੈਨਲ ਹਾਈਕੋਰਟ ਸੇ ਮੰਗਵਾ ਲਿਆ ਹੈ, ਔਰ ਅਬ ਵੋ ਉਹਨੇ ਅਪੁਆਇੰਟ ਕਰਨਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੋ ਅਪੁਆਇੰਟ ਕਰਨਾ ਹੈ, ਔਰ ਵੋ ਅਪੁਆਇੰਟ ਨਹੀਂ ਹੋ ਰਹਾ। ਤੋ ਇਸ ਜੇ ਮੈਨੇ ਮੁੱਦਾ ਕੱਲ੍ਹ ਵੀ ਉਠਾਇਆ, ਕੱਲ੍ਹ ਵੀ ਬੋਲਾ, ਔਰ ਵੋ ਚਿੱਠੀ ਕੋ ਮੈਨੇ ਵਿਧਾਨ ਸਭਾ ਕੇ ਟੇਬਲ ਪੇ ਰੱਖਾ, ਔਰ ਆਜ ਮੈਨੇ ਇੱਕ ਮਤਾ ਪੇਸ਼ ਕੀਆ, ਔਰ ਜੇ ਉਸ ਮਤੇ ਕੀ ਕਾਪੀ ਹੈ, ਔਰ ਇਸ ਮਤੇ ਮੇਂ ਲਿਖਾ ਹੈ ਕਿ ਜੇ ਸਦਨ ਕੇਂਦਰ ਸਰਕਾਰ ਕੋ ਅਪੀਲ ਕਰਤਾ ਹੈ ਕਿ ਜੋ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੀ ਅਪੁਆਇੰਟਮੈਂਟ ਕੇਂਦਰ ਸਰਕਾਰ ਨੇ ਕਰਨੀ ਹੈ, ਵੋ ਜਲਦ ਸੇ ਜਲਦ ਕੀ ਜਾਏ, ਔਰ ਸਾਥ ਮੇਂ ਜੇ ਵੀ ਇਸ ਮਤੇ ਮੇਂ ਲਿਖਾ ਹੈ ਕਿ ਜੇ ਸਦਨ ਪੰਜਾਬ ਸਰਕਾਰ ਕੋ ਵੀ ਕਹਿਤਾ ਹੈ ਕਿ ਕੇਂਦਰ ਸਰਕਾਰ ਕੇ ਸਾਥ ਸੰਪਰਕ ਕਰਕੇ ਜਲਦ ਸੇ ਜਲਦ ਜੋ SGPC ਕੇ ਚੋ ਇਲੈਕਸ਼ਨ ਕੀ ਡੇਟ ਹੈ ਵੋ ਫਿਕਸ ਕਰਾਈ ਜਾਏ। ਤੋ ਆਜ ਮੁੱਖ ਮੰਤਰੀ ਜੀ ਨੇ ਖੁਦ ਹਸਨ ਜੇ ਸਦਨ ਕੋ ਵਿਸ਼ਵਾਸ ਦਵਾਇਆ ਕਿ ਵੋ ਜਾ ਕੇ ਗ੍ਰਹਿ ਮੰਤਰੀ ਕੋ ਮਿਲੇਂਗੇ, ਔਰ ਜੇ ਗੁਰਦੁਆਰਾ ਜੋ ਇਲੈਕਸ਼ਨ ਕਮਿਸ਼ਨ ਅਪੁਆਇੰਟ ਕਰਨਾ ਉਸਕੇ ਲੀਏ, ਔਰ ਗੁਰਦੁਆਰਾ ਜੋ ਇਲੈਕਸ਼ਨ ਕੇ SGPC ਕੇ ਚੋਣ ਕੀ ਡੇਟ ਹੈ ਉਸਕੇ ਲੀਏ ਵੀ ਵੋ ਇਸਕੋ ਪਰਸਿਊ ਕਰੇਂਗੇ। ਯੇ ਮਾਮਲਾ ਬਹੁਤ ਮਹੱਤਵਪੂਰਨ ਹੈ। ਜਹਾਂ ਮੇਰੀ MLA ਕਾ ਸਵਾਲ ਹੈ, ਮੇਰਾ ਅਭੀ ਤੱਕ ਅਸਤੀਫਾ ਮਨਜ਼ੂਰ ਨਹੀਂ ਹੁਆ ਹੈ, ਤੋ ਅਭੀ ਤੱਕ ਮੈਂ MLA ਹੂੰ, ਇਸ ਲੀਏ ਮੈਨੇ ਯੇ ਰੈਜੋਲੂਸ਼ਨ ਪਾਸ ਕੀਆ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੁਧਿਆਣਾ ਵਿੱਚ ਹੋਏ ਸਮੂਹਿਕ ਬਲਾਤਕਾਰ ਦੇ ਮਾਮਲੇ ਤੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ ਜੋ ਉਸਨੂੰ ਕੈਪਟਨ ਸਰਕਾਰ ਮਿਲੀ ਹੈ। ਉਹਨਾਂ ਕਿਹਾ ਕਿ ਇਸ ਸਮੇਂ ਸੂਬੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੋ ਚੁੱਕੀ ਹੈ, ਇਸ ਲਈ ਗੈਂਗਰੇਪ ਵਰਗੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਨੇ।
ਦੂਜੀਆਂ ਪਾਰਟੀਆਂ ਨਾਲ ਗੱਠਜੋੜ ਦੇ ਮਾਮਲੇ 'ਤੇ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਉਹਨਾਂ ਦੀ ਪਾਰਟੀ ਕਿਸੇ ਪਾਰਟੀ ਨਾਲ ਗੱਠਜੋੜ ਕਰਦੀ ਹੈ ਜਾਂ ਨਹੀਂ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਾਫੀ ਖਰਾਬ ਹੋਈ ਪਈ ਹੈ ਲੁਧਿਆਣੇ ਤੋਂ ਬਾਅਦ, ਅੰਮ੍ਰਿਤਸਰ ਵੀ, ਫਿਲੌਰ ਦੇ ਵਿੱਚ ਵੀ ਗੈਂਗਰੇਪ ਹੋਏ ਪਿਛਲੇ 3 ਦਿਨਾਂ ਦੇ ਵਿੱਚ, ਲਗਾਤਾਰ ਇਸ ਤਰ੍ਹਾਂ ਦੀ ਘਟਨਾ ਵੱਧਦੀ ਜਾ ਰਹੀ ਹੈ। ਦੇਖੋ, ਅੱਜ ਇੱਥੇ ਗੌਰਮੈਂਟ ਨਾਂ ਦੀ ਕੋਈ ਚੀਜ਼, ਇਹ ਇੰਨੀ ਬਰੀਕੀ ਨਾਲ ਦੇਖਣਾ ਪੈਂਦਾ ਹੈ। ਕੋਈ ਵੀ ਪੁਆਇੰਟ ਹੈ, ਡਿਵੈਲਪਮੈਂਟ ਹੈ, ਲਾਅ ਐਂਡ ਆਰਡਰ ਹੈ, ਸੈਂਟਰ ਨਾਲ ਹੈ, ਲੇਕਿਨ ਇੱਥੇ ਕੋਈ ਇੰਟਰਸਟਿਡ ਹੀ ਨਹੀਂ। ਤੁਰਿਆ ਜਾਂਦਾ ਕੰਮ, ਠੀਕ ਹੈ ਠੀਕ, ਬਸ ਇੰਨਾ ਹੀ ਤੋਂ ਵੱਧ। ਸੋ ਬਦਕਿਸਮਤੀ ਹੈ ਸਾਡੇ ਸੂਬੇ ਦੀ ਕਿ ਉਹਨੂੰ ਇਹੋ ਜਿਹੀ ਗੌਰਮੈਂਟ ਮਿਲੀ ਹੈ ਜਿਹਦੇ ਨਾਲ ਸੂਬਾ ਹੇਠਾਂ ਨੂੰ ਜਾ ਰਿਹਾ। ਦੇਖੋ ਜੀ, ਪਾਰਟੀਆਂ ਜੋ ਗਠਬੰਧਨ ਕਰਦੀਆਂ, ਹਰ ਇੱਕ ਆਪਣਾ ਇੰਟਰਸਟ ਵੇਖ ਕੇ ਕਰਦੀ, ਇਸ ਕਰਕੇ ਇਹ ਹੁਣ ਕੋਈ ਕਿਵੇਂ ਗਠਬੰਧਨ ਹੋਊ, ਕਿਹੜੀ ਕਿਹੜੀ ਪਾਰਟੀ ਕਿਹਦੇ ਨਾਲ ਕਰੂ, ਇਹ ਸਮਾਂ ਹੀ ਦੱਸੇਗਾ ਥੋੜ੍ਹੇ ਦਿਨਾਂ ਬਾਅਦ। ਅਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ, ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਸੰਗਾਰਨੇ ਕੋ ਦੁਰਜਨ ਕੇ ਮਾਰਨੇ ਕੋ ਸੰਕਟ ਨਿਵਾਰਨੇ ਕੋ ਖਾਲਸਾ ਬਣਾਇਓ ਹੈ। ਹੁਣ ਖਾਲਸੇ ਦੀ ਬਣਤਰ ਦੇ ਬਾਰੇ ਸ਼ਾਇਦ ਇੰਦਰਾ ਗਾਂਧੀ ਅਤੇ ਉਹਦੇ ਚੇਲੇ ਚਾਟੜਿਆਂ ਨੂੰ ਪਤਾ ਨਹੀਂ ਤਾਂ ਇਲਮ ਨਹੀਂ ਸੀ, ਜਾਂ ਫਿਰ ਕਿਸੇ ਨਾ ਕਿਸੇ ਗਲਤ ਢੰਗ ਦੇ ਨਾਲ ਇਤਿਹਾਸ ਦੀ ਮਿਸਕੈਲਕੂਲੇਸ਼ਨ ਕਰਕੇ 1984 ਵਿੱਚ ਦਰਬਾਰ ਸਾਹਿਬ ਉੱਤੇ 1,00,000 ਦੀ ਫੌਜ ਚਾੜ ਕੇ ਇੰਦਰਾ ਗਾਂਧੀ ਨੇ ਸਿੱਖਾਂ ਦੇ ਨਾਲ ਸਦਾ ਵਾਸਤੇ ਰਹਿਣ ਵਾਲੀ ਇੱਕ ਦੁਸ਼ਮਣੀ ਪਾ ਲਈ। ਅਤੇ ਮੈਂ ਇੱਕ ਵਾਰੀ ਇਹ ਲਿਖਿਆ ਸੀ ਕਿ ਇੰਦਰਾ ਗਾਂਧੀ ਦੀ ਇਹ ਬੱਜਰ ਗਲਤੀ ਹਿੰਦੁਸਤਾਨ ਦੇ ਟੋਟੇ ਕਰਵਾਏਗੀ। ਕਦੇ ਤੁਸੀਂ ਸੁਣਿਆ ਹੈ ਕਿ ਜਨਤਕ ਤੌਰ 'ਤੇ ਕੋਈ ਇੰਦਰਾ ਨੂੰ ਯਾਦ ਕਰ ਰਿਹਾ ਹੋਵੇ? ਇਹ ਹੋ ਨਹੀਂ ਸਕਦਾ, ਕਿਉਂਕਿ ਲੋਕ ਸਿਤਮਗਰ ਨੂੰ ਯਾਦ ਨਹੀਂ ਕਰਦੇ, ਲੋਕ ਧਰਮੀ ਲੋਕਾਂ ਨੂੰ ਯਾਦ ਕਰਦੇ ਨੇ। ਅਸੀਂ ਨਤਮਸਤਕ ਹਾਂ ਉਹਨਾਂ ਸਮੂਹ ਸ਼ਹੀਦਾਂ ਨੂੰ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੀ ਅਸਮਤ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ। TV84 ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਸਾਰੇ ਹੀ ਦਰਸ਼ਕ ਜਿਹੜੇ TV84 ਨੂੰ ਇਸ ਵਕਤ ਵੇਖ ਰਹੇ ਨੇ, ਆਪੋ ਆਪਣੇ ਸ਼ਹਿਰਾਂ ਵਿੱਚ ਵੱਡੇ ਵੱਡੇ ਜਿਹੜੇ ਵਿਸ਼ਾਲ ਸ਼ਹੀਦੀ ਸਮਾਗਮ ਹੋ ਰਹੇ ਨੇ ਉਹਨਾਂ ਵਿੱਚ ਸ਼ਾਮਿਲ ਹੋਵੋ। ਅਸੀਂ ਦੁਨੀਆਂ ਦੇ ਲੋਕਾਂ ਨੂੰ ਦੱਸਣਾ ਹੈ ਕਿ ਇਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਣ ਲਈ ਅੱਜ ਵੀ ਦੁਨੀਆਂ ਦਾ ਖਾਲਸਾ ਤਤਪਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ TV84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦਿਆਂ ਅਗਲੀ ਖਬਰ ਵੱਲ। ਪੰਜਾਬ ਵਿੱਚ ਚੱਲ ਰਹੀ ਕਾਂਗਰਸ ਸਰਕਾਰ ਹੁਣ ਸੂਬੇ ਦੇ ਲੋਕਾਂ ਉੱਤੇ ਇੱਕ ਹੋਰ ਬੋਝ ਪਾਉਣ ਜਾ ਰਹੀ ਹੈ। ਸਰਕਾਰ ਦੁਆਰਾ ਹੁਣ ਇੱਕ ਨਵਾਂ ਟੈਕਸ ਲਿਆਂਦਾ ਜਾ ਰਿਹਾ ਹੈ ਜਿਸ ਦਾ ਨਾਮ ਹੈ ਐਕਸੈਸ ਟੈਕਸ। ਅੱਜ ਜਲੰਧਰ ਪੁੱਜੇ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਦੀ ਜਨਤਾ ਪਹਿਲਾਂ ਹੀ ਸਰਕਾਰ ਦੀ ਘਟੀਆ ਨੀਤੀਆਂ ਤੋਂ ਪਰੇਸ਼ਾਨ ਹੈ ਅਤੇ ਕੈਪਟਨ ਸਰਕਾਰ ਹੁਣ ਇੱਕ ਨਵਾਂ ਟੈਕਸ ਥੋਪ ਰਹੀ ਹੈ। ਬਿਨਾਂ ਕਿਸੇ ਐਲਾਨ ਤੋਂ, ਬਿਨਾਂ ਕਿਸੇ ਵਿਧਾਨ ਸਭਾ ਦੇ ਵਿੱਚ ਅਪਰੂਵਲ ਤੋਂ, ਆਹ ਮੇਰੇ ਕੋਲ ਨੋਟੀਫਿਕੇਸ਼ਨ ਹੈ ਪੰਜਾਬ ਸਰਕਾਰ ਦੀ, ਇਹਨਾਂ ਨੇ ਇੱਕ ਨਵਾਂ ਐਕਸੈਸ ਟੈਕਸ ਲਾਉਣ ਲੱਗੀ ਪੰਜਾਬ ਸਰਕਾਰ, ਲਾ ਦਿੱਤਾ। ਨੋਟਿਸਿਸ ਜਾਣੇ ਸ਼ੁਰੂ ਹੋ ਗਏ ਨੇ ਲੋਕਾਂ ਦੇ ਕੋਲ, ਔਰ ਇਹ ਬਹੁਤ ਡ੍ਰੈਕੋਨੀਅਨ ਟੈਕਸ ਆ। ਜਿੰਨੇ ਵੀ ਨੈਸ਼ਨਲ ਹਾਈਵੇ ਨੇ, ਸਟੇਟ ਹਾਈਵੇ ਨੇ ਪੰਜਾਬ ਦੇ ਵਿੱਚ, ਮੇਜਰ ਡਿਸਟ੍ਰਿਕਟ ਰੋਡਸ ਹੋਣਗੀਆਂ, ਸ਼ਡਿਊਲਡ ਰੋਡ ਰੋਡਸ ਹੋਣਗੀਆਂ, ਉਹਨਾਂ ਸਾਰਿਆਂ 'ਤੇ ਜਿੰਨੇ ਕਮਰਸ਼ਲ ਅਦਾਰੇ ਨੇ, ਚਾਹੇ ਉਹ ਪੈਟਰੋਲ ਪੰਪ ਹੈ, ਚਾਹੇ ਉਹ ਮੈਰਿਜ ਪੈਲਸ ਹੈ, ਚਾਹੇ ਕੋਈ ਰੈਸਟੋਰੈਂਟ ਹੈ, ਕੋਈ ਹੋਰ ਕਮਰਸ਼ਲ ਯੂਜ, ਕਿਸੇ ਨੇ ਆਪਣਾ ਸ਼ੋਰੂਮ ਬਣਾਇਆ, ਕਿਸੇ ਨੇ ਉੱਥੇ ਕੋਈ ਹੋਰ ਕਮਰਸ਼ਲ ਐਕਟੀਵਿਟੀ, ਕੋਈ ਦੁਕਾਨ ਬਣਾਈ ਆ, ਜਿੰਨੇ ਵੀ ਇਸ ਤਰ੍ਹਾਂ ਦੇ ਕਮਰਸ਼ਲ ਅਦਾਰੇ ਹੋਣਗੇ, ਉਹਨਾਂ ਨੂੰ ਪੰਜਾਬ ਸਰਕਾਰ ਦੇ PWD ਡਿਪਾਰਟਮੈਂਟ ਨੇ
ਬਹੁਤ ਵੱਡਾ ਟੈਕਸ ਲਾ ਦਿੱਤਾ ਵਾ, ਭਾਵ ਕਿ ਡਿਪੈਂਡਿੰਗ ਔਨ ਦਾ ਸਾਈਜ਼ ਆਫ ਦਾ ਪ੍ਰੋਪਰਟੀ ਐਕਸਿਸ ਟੈਕਸ, ਮਤਲਬ ਇਹ ਤਾਂ ਨੋਟੀਫਿਕੇਸ਼ਨ ਇਸ਼ੂ ਕਰਤੀ, ਟੈਕਸ ਦੇ ਨੋਟਿਸ ਜਾਣ ਲੱਗ ਗਏ, ਅਤੇ ਹੁਣ ਫਿਰ ਕਿੱਦਾਂ ਇਹਦੀ ਪ੍ਰਵਾਨਗੀ ਲੈਣਗੇ? ਦੈਟ ਮੀਨਸ ਇਟ ਇਜ਼ ਨਹੀਂ ਲਈ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਦੇਰ ਇਜ਼ ਨੋ ਸੱਚ ਨੋਟੀਫਿਕੇਸ਼ਨ ਵਿਚ ਵਾਜ ਪਾਸਡ ਜਾਂ ਕੋਈ, ਵੈਸੇ ਤਾਂ ਧੋਖਾਧੜੀ ਨਾਲ ਬਿੱਲ ਪਾਸ ਕਰ ਦਿੰਦੇ ਨੇ ਅਖੀਰਲੇ ਦਸ ਕ ਅਖੀਰਲੇ ਦਸ ਪੰਦਰਾਂ ਮਿੰਟ ਵਿੱਚ, ਦਸ ਪੰਦਰਾਂ ਮਿੰਟ ਵਿੱਚ ਦਰਜਨਾ ਬਿੱਲ ਠੋਕ ਦਿੰਦੇ ਨੇ, ਬਟ ਐਜ਼ ਫਾਰ ਐਜ਼ ਆਈ ਰਿਮੈਂਬਰ ਐਜ਼ ਅ ਲੈਜਿਸਲੇਟਰ ਨੋ ਸੱਚ, ਔਰ ਐਡਾ ਵੱਡਾ ਟੈਕਸ ਆ ਆਫਟਰ ਆਲ 1.5 ਲੱਖ ਰੁਪਏ ਤੋਂ ਲੈ ਕੇ 6 ਲੱਖ ਰੁਪਇਆ ਜਾਣਾ 5 ਸਾਲ ਦਾ। ਪੰਜਾਬ ਵਿੱਚ ਬਣ ਰਹੇ ਮਹਾਂਗਠਬੰਧਨ ਬਾਰੇ ਬੋਲਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਜਲਦੀ ਹੀ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਦਲ ਖਿਲਾਫ਼ ਚੋਣਾਂ ਲੜਨ ਵਾਲੀਆਂ ਸਾਰੀਆਂ ਧਿਰਾਂ ਇਕੱਠੀਆਂ ਇੱਕ ਮੰਚ 'ਤੇ ਆ ਜਾਣਗੀਆਂ। ਹਾਲਾਂਕਿ ਖਹਿਰਾ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਆਮ ਆਦਮੀ ਪਾਰਟੀ ਵੀ ਇਸ ਗਠਬੰਧਨ ਦਾ ਹਿੱਸਾ ਬਣੇਗੀ ਤਾਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਦਾ ਰਾਹੁਲ ਗਾਂਧੀ ਨਾਲ ਸਮਝੌਤਾ ਹੋ ਚੁੱਕਾ ਹੈ ਅਤੇ ਆਮ ਆਦਮੀ ਪਾਰਟੀ ਕਾਂਗਰਸ ਨਾਲ ਰਲ ਕੇ ਲੋਕ ਸਭਾ ਚੋਣਾਂ ਲੜੇਗੀ। ਨਹੀਂ ਸਾਡੇ ਵੱਲ ਤਾਂ ਸਾਡੇ ਨਾਲ ਤਾਂ ਕਦੀ ਗਠਬੰਧਨ 'ਚ ਹੈ ਹੀ ਨਹੀਂ ਸੀਗੇ, ਬਿਕੋਜ਼ ਮੇਰਾ ਖਿਆਲ ਆ ਕਿ ਕੇਜਰੀਵਾਲ ਇਜ਼ ਕੋਜ਼ਿੰਗ ਅਪ ਟੂ ਦਾ ਕਾਂਗਰਸ ਪਾਰਟੀ ਵੈਰੀ ਸ਼ੋਰਟਲੀ। ਮੈਨੂੰ ਲੱਗਦਾ ਕਿ ਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਦਾ ਅਲਾਇੰਸ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਹੋ ਰਿਹਾ, ਸੋ ਉਹਨਾਂ ਦੇ ਨਾਲ ਅਲਾਇੰਸ ਦਾ ਕੋਈ ਮਤਲਬ ਨਹੀਂ ਹੈ ਨਾ ਕੋਈ ਗੱਲ ਹੀ ਹੈਗੀ ਹੈ। ਬਿਲਕੁਲ ਸਾਡੇ ਨਾਲ ਟੋਕਸ, ਪੰਜਾਬ 'ਚ ਨਹੀਂ ਕੋਈ ਅਨਾਊਂਸ, ਟੋਕਸ ਇਨ ਪੰਜਾਬ ਆਰ ਗੋਇੰਗ ਔਨ ਵਿਦ ਬਹੁਜਨ ਸਮਾਜ ਪਾਰਟੀ, ਬੈਂਸ ਬ੍ਰਦਰਸ ਆਰ ਪਾਰਟ ਆਫ ਇਟ, ਡਾਕਟਰ ਗਾਂਧੀ ਦਾ ਪੰਜਾਬ ਮੰਚ ਇਜ਼ ਪਾਰਟ ਆਫ ਇਟ, ਟਕਸਾਲੀ ਅਕਾਲੀ ਦਲ ਦੇ ਨਾਲ ਪਾਰਟ ਆਫ ਇਟ, ਐਂਡ ਆਲਸੋ ਪੰਜਾਬੀ ਏਕਤਾ ਪਾਰਟੀ ਇਜ਼ ਪਾਰਟ ਆਫ ਇਟ। ਖਾਲਿਸਤਾਨੀ ਸਾਹਿਤ ਰੱਖਣ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਭੁਗਤਣ ਵਾਲੇ ਅਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਣਜੀਤ ਸਿੰਘ ਨੇ ਹਾਈ ਕੋਰਟ ਦਾ ਰੁਖ ਕੀਤਾ ਹੈ। ਅੱਜ ਤਿੰਨਾਂ ਨੌਜਵਾਨਾਂ ਨੇ ਆਪਣੀ ਉਮਰ ਕੈਦ ਦੀ ਸਜ਼ਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ। ਤਿੰਨਾਂ ਨੂੰ ਇਹ ਸਜ਼ਾ ਖਾਲਿਸਤਾਨੀ ਸਾਹਿਤ ਤੇ ਪੋਸਟਰ ਆਪਣੇ ਕੋਲ ਰੱਖਣ ਬਦਲੇ ਬੀਤੇ ਦਿਨੀ ਸ਼ਹੀਦ ਭਗਤ ਸਿੰਘ ਨਗਰ ਦੀ ਅਦਾਲਤ ਵੱਲੋਂ ਸੁਣਾਈ ਗਈ ਸੀ। ਐਡਵੋਕੇਟ ਆਰ ਐਸ ਬੈਂਸ ਨੇ ਆਪਣੇ ਤਿੰਨ ਮੁਵੱਕਲਾਂ ਦੀ ਤਰਫੋਂ ਅਪੀਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਖਲ ਕੀਤੀ। ਬਹੁਤ ਸਾਰੀਆਂ ਪੰਥਕ ਪਾਰਟੀਆਂ ਉਮਰ ਕੈਦ ਦੀ ਇਸ ਸਜ਼ਾ ਦਾ ਜ਼ੋਰਦਾਰ ਵਿਰੋਧ ਕਰ ਰਹੀਆਂ ਨੇ। ਉਹਨਾਂ ਦਾ ਦਾਅਵਾ ਹੈ ਕਿ ਸਿੱਖ ਨੌਜਵਾਨਾਂ ਪ੍ਰਤੀ ਸਰਕਾਰਾਂ ਦਾ ਰਵੱਈਆ ਕਥਿਤ ਤੌਰ 'ਤੇ ਸਦਾ ਹੀ ਪੱਖਪਾਤੀ ਰਿਹਾ ਹੈ। ਬੀਤੇ ਦਿਨੀਂ ਲੁਧਿਆਣਾ ਵਿੱਚ ਹੋਏ ਸਮੂਹਿਕ ਬਲਾਤਕਾਰ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਜ ਲੁਧਿਆਣਾ ਪੁੱਜੇ ਸੂਬਾ ਪੁਲਿਸ ਮੁਖੀ DGP ਦਿਨਕਰ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। DGP ਗੁਪਤਾ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਪੁੱਛਗਿੱਛ ਲਈ ਇੱਕ ਟ੍ਰੇਨਡ ਟੀਮ ਲਗਾਈ ਗਈ ਹੈ। ਦਿਨਕਰ ਗੁਪਤਾ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ 60 ਦਿਨਾਂ ਦੇ ਵਿੱਚ ਜਾਂਚ ਮੁਕੰਮਲ ਹੋ ਜਾਵੇ। ਉਹਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਕੱਲ੍ਹ ਹੀ ਇਹ ਕਿਹਾ ਸੀ ਕਿ ਉਹ ਮੁੱਖ ਜੱਜ ਨੂੰ ਮਿਲ ਕੇ ਫਾਸਟ ਟਰੈਕ ਅਦਾਲਤ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਉਮੀਦ ਹੈ ਛੇਤੀ ਤੋਂ ਛੇਤੀ ਇਹਨਾਂ ਦੋਸ਼ੀਆਂ ਨੂੰ ਅਜਿਹੇ ਘਿਨੌਣੇ ਕੰਮ ਲਈ ਬਣਦੀ ਸਜ਼ਾ ਦਿੱਤੀ ਜਾਵੇ। ਇਹ ਬਲਾਈਂਡ ਕੇਸ ਸੀਗਾ, ਕਾਫੀ ਉਸ 'ਤੇ ਇਹਨਾਂ ਨੇ ਕੰਮ ਕੀਤਾ। ਮਿਸਟਰ ਖਟਰਾ ਸਾਡੇ DIG ਲੁਧਿਆਣਾ ਰੇਂਜ, ਇਹਨਾਂ ਦੀ ਦੇਖ ਰੇਖ ਦੇ ਵਿੱਚ ਇਹਨਾਂ ਨੇ ਕਮਾਂਡ ਆਪਣੇ ਹੱਥ 'ਚ ਲਿੱਤੀ ਅਤੇ ਕਾਫੀ ਮਿਹਨਤ ਕੀਤੀ। ਬਲਾਈਂਡ ਕੇਸ ਸੀਗਾ, ਇਹ ਨਹੀਂ ਪਤਾ ਸੀ ਕਿ ਕੌਣ ਬੰਦੇ ਸੀ ਜਾਂ ਕੀ ਸੀ। ਉਹਦੇ ਵਿੱਚ ਇਹਨਾਂ ਨੇ ਲੀਡਸ ਡਿਵੈਲਪ ਕੀਤੀਆਂ, ਟੈਕਨੀਕਲ ਲੀਡਸ ਡਿਵੈਲਪ ਕੀਤੀਆਂ, ਉਹਦੇ ਨਾਲ ਕੁਝ ਚੀਜ਼ਾਂ ਅੱਗੇ ਸਾਹਮਣੇ ਆਈਆਂ। ਉਹਦੇ ਬਾਅਦ ਫਿਰ ਇੱਕ ਬੰਦਾ ਆਈਡੈਂਟੀਫਾਈ ਕੀਤਾ ਜਿਹੜਾ ਅਰੈਸਟ ਹੋ ਗਿਆ ਜਗਰੂਪ ਕਰਕੇ, ਸਭ ਤੋਂ ਪਹਿਲਾਂ ਉਹ ਨੋਟਿਸ ਆਇਆ। ਉਹ ਫਿਰ SSP ਸਾਹਿਬ ਦੇ CP ਸਾਹਿਬ ਦੇ ਇਲਾਕੇ ਦਾ ਉਹ ਸੀਗਾ। ਸੋ ਉਹਦੇ ਬਾਅਦ ਇਹਨਾਂ ਨੇ ਕਾਫੀ ਮਿਹਨਤ ਕਰਕੇ ਪਹਿਲਾਂ ਇੱਕ ਸਾਹਮਣੇ ਆਇਆ, ਉਹਦੇ ਬਾਅਦ ਹੌਲੀ ਹੌਲੀ ਸਾਰੇ ਜਿਹੜੇ ਜਿੰਨੇ ਮੁੰਡੇ ਇਨਵੋਲਵ ਸੀਗੇ ਉਹਦੇ ਵਿੱਚ ਉਹਨਾਂ ਦੀ ਆਈਡੈਂਟੀਟੀਜ਼ ਇਸਟੈਬਲਿਸ਼ ਹੋਈਆਂ। ਫਿਰ ਬ੍ਰੇਕ ਥਰੂ ਹੋਈ 12 ਤਰੀਕ ਨੂੰ, ਪਹਿਲਾਂ ਜਦੋਂ ਸਾਦਿਕ ਅਲੀ ਕਰਕੇ ਇੱਕ ਕਲਪ੍ਰਿਟ ਸੀ ਜਿਹਨੂੰ ਉੱਥੋਂ ਨਵਾਂਸ਼ਹਿਰ ਤੋਂ ਫੜ ਕੇ ਲਿਆਂਦਾ, ਅੱਗੇ ਫਿਰ ਗੱਲ ਚੱਲੀ ਅਤੇ ਦੂਸਰੇ ਲੋਕ ਉਹਦੇ ਬਾਅਦ ਉਹ ਫੜੇ ਗਏ। ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਨਾਮੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਚੌਕਲੇਟ ਡੇ 'ਤੇ ਦੋਸਤ ਨਾਲ ਘੁੰਮ ਰਹੀ ਕੁੜੀ ਨਾਲ ਗੈਂਗਰੇਪ ਕਰਨ ਵਾਲੇ ਗੈਂਗ ਨੂੰ ਸੋਸ਼ਲ ਮੀਡੀਆ 'ਤੇ ਠੋਕਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਹਨਾਂ ਆਪਣੇ ਇਸ ਐਲਾਨ ਵਿੱਚ ਉਹਨਾਂ ਰਾਜਨੀਤਿਕਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਸੋਧਣ ਦਾ ਫੈਸਲਾ ਸੁਣਾਇਆ ਜੋ ਇਹਨਾਂ ਦੀ ਮਦਦ ਲਈ ਅੱਗੇ ਆਉਣਗੇ। ਫੇਸਬੁੱਕ 'ਤੇ ਦਵਿੰਦਰ ਬੰਬੀਹਾ ਗਰੁੱਪ ID ਤੋਂ ਜਾਰੀ ਕੀਤੀ ਇਸ ਧਮਕੀ ਵਿੱਚ ਪੁਲਿਸ ਵੱਲੋਂ ਗੈਂਗਰੇਪ ਦੇ ਦੋਸ਼ੀਆਂ ਦੇ ਜਾਰੀ ਕੀਤੇ ਸਕੈਚ 'ਤੇ ਕਾਲੇ ਰੰਗ ਨਾਲ ਕ੍ਰਾਸ ਮਾਰਿਆ ਹੋਇਆ ਹੈ। ਅਧਿਆਤਮਿਕ ਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਮੁਖੀ ਬਿਆਸ
ਵਿਵਾਦਾਂ ਵਿੱਚ ਘਿਰ ਗਏ ਨੇ। ਉਹਨਾਂ 'ਤੇ ਡੇਰੇ ਦੇ ਨਾਮ 'ਤੇ ਗਰੀਬਾਂ ਦੀਆਂ ਜ਼ਮੀਨਾਂ ਹਥਿਆਉਣ ਦੇ ਦੋਸ਼ ਲੱਗੇ ਨੇ। ਦਰਅਸਲ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਨ ਉਪਰੰਤ ਅੰਮ੍ਰਿਤਸਰ ਦੀਆਂ ਸਿੱਖ ਜਥੇਬੰਦੀਆਂ ਨੇ ਬਿਆਸ ਡੇਰਾ ਮੁਖੀ 'ਤੇ ਇਹ ਦੋਸ਼ ਲਗਾਏ। ਸਿੱਖ ਆਗੂਆਂ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਡੇਰਾ ਰਾਧਾ ਸਵਾਮੀ ਖਿਲਾਫ਼ ਕਾਰਵਾਈ ਦੀ ਮੰਗ ਕਰਨਗੇ। ਸਿੱਖ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਉਹ ਲੰਮੇ ਸਮੇਂ ਤੋਂ ਡੇਰਾਵਾਦ ਖਿਲਾਫ਼ ਆਵਾਜ਼ ਬੁਲੰਦ ਕਰ ਰਹੇ ਨੇ, ਪਰ ਅਧਿਕਾਰੀ ਵੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਵਿੱਚ ਜਗੀਰ ਸਿੰਘ ਹੋਰਾਂ ਦੇ ਪਲਾਟ ਨੇ, ਉਹਨਾਂ ਦੇ ਸੰਬੰਧ ਵਿੱਚ ਰਾਸ਼ਟਰੀ ਸ਼ਡਿਊਲ ਕਾਸਟ ਕਮਿਸ਼ਨ ਤੱਕ ਪਹੁੰਚ ਕੀਤੀ। ਉਹਨਾਂ ਨੇ ਡਿਪਟੀ ਕਮਿਸ਼ਨਰ ਜੋ ਕਿ ਕਮਲਜੀਤ ਸਿੰਘ ਸੰਘਾ ਜੀ ਦੀ ਅੱਜ ਹੀ ਹੁਣ ਬਦਲੀ ਹੋ ਰਹੀ ਹੈ, ਇਹਨੂੰ 22 ਨੇਮ ਇਹਦੇ ਚਿੱਠੀਆਂ ਆਈਆਂ ਨੇ। 2 ਸਾਲ ਤੋਂ ਲਗਾਤਾਰ ਇਹਦੇ ਨਾਂ 'ਤੇ ਚਿੱਠੀਆਂ ਆ ਰਹੀਆਂ ਨੇ, ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਹੀ ਰਾਜਨਾਥ ਤੱਕ ਪਹੁੰਚੇ ਹਾਂ, ਰਾਜਨਾਥ ਜੋ ਭਾਰਤ ਦੇ ਗ੍ਰਹਿ ਮੰਤਰੀ ਨੇ ਉਹਨਾਂ ਤੱਕ ਕੋਈ ਪਹੁੰਚ ਕਰਨ 'ਤੇ ਉਹਦੇ ਵੱਲੋਂ ਵੀ ਸਾਨੂੰ ਚਿੱਠੀਆਂ ਆਈਆਂ ਨੇ, ਅਤੇ ਪਰ ਅਜੇ ਤੱਕ ਕੋਈ ਗੱਲ ਨਹੀਂ ਹੋਈ। ਹਾਈ ਕੋਰਟਾਂ ਤੱਕ ਅਸੀਂ ਪਹੁੰਚ ਕੀਤੀ ਆ, ਜਿਸ ਤਰ੍ਹਾਂ ਵੜੈਚ ਪਿੰਡ ਦੇ ਵਿੱਚ 120 ਏਕੜ ਜ਼ਮੀਨ ਜਿਹੜੀ ਆ ਉਹ ਉਸ ਟਾਈਮ ਦੇ ਉੱਤੇ ਗੈਰ ਕਾਨੂੰਨੀ ਤੌਰ ਦੇ ਉੱਤੇ ਜਿਹੜੀ ਸੀ ਉਹ ਫਰਜ਼ੀ ਬੋਲੀਆਂ ਕਰਕੇ ਲੈ ਰਹੇ ਸੀ, ਉਹ ਅਸੀਂ ਹਾਈ ਕੋਰਟ 'ਚੋਂ ਰੁਕਾਈ ਆ, ਲੇਕਿਨ ਕਬਜ਼ਾ ਉਹਨਾਂ ਨੇ ਨਹੀਂ ਛੱਡਿਆ। ਇਸ ਤਰ੍ਹਾਂ ਇਹਨਾਂ ਦੇ ਜੋ ਡੇਰਾ ਰਾਧਾ ਸਵਾਮੀ ਗੁਰਮੀਤ ਗੁਰਿੰਦਰ ਸਿੰਘ ਢਿੱਲੋਂ, ਜਿਹੜਾ ਕਿ ਗੁਰਮੀਤ ਰਾਮ ਰਹੀਮ ਸਰਸੇ ਸਾਧ ਤੋਂ ਵੀ 100 ਗੁਣਾ ਵੱਧ ਗੁੰਡਾ, ਉਸ ਗੁੰਡੇ ਦੇ ਖਿਲਾਫ਼ ਅਸੀਂ ਪੰਜਾਬ ਜੋ ਪੰਜਾਬ ਵਿਧਾਨ ਸਭਾ ਚੱਲ ਰਿਹਾ ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਤੱਕ ਆਵਾਜ਼ ਪਹੁੰਚਾਉਣ ਵਾਸਤੇ ਅੱਜ ਅਸੀਂ ਇੱਥੋਂ ਜਿਹੜਾ ਉਹ ਚੱਲ ਕੇ ਰਾਤ ਮੋਹਾਲੀ ਪਹੁੰਚਾਂਗੇ, ਅਤੇ ਸਵੇਰੇ ਮੋਹਾਲੀ ਗੁਰਦੁਆਰਾ ਅੰਬ ਸਾਹਿਬ ਤੋਂ ਚੱਲ ਕੇ ਅਸੀਂ ਚੰਡੀਗੜ੍ਹ ਵਿਧਾਨ ਸਭਾ ਨੂੰ ਜਿਹੜਾ ਇਹ ਮੰਗ ਪੱਤਰ ਦੇਣ ਵਾਸਤੇ ਜਾਂਗੇ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਹੋਈ ਗੈਂਗਰੇਪ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪੁਲਿਸ ਆਪ ਮੁਹਾਰੇ ਕੰਮ ਕਰ ਰਹੀ ਹੈ ਅਤੇ ਵਿਧਾਇਕਾਂ ਵੱਲੋਂ ਪੁਲਿਸ ਅਫਸਰਾਂ ਨੂੰ ਧਮਕਾਇਆ ਜਾ ਰਿਹਾ ਹੈ। ਭਗਵੰਤ ਮਾਨ ਨੇ ਇਸ ਮਾਮਲੇ ਵਿੱਚ ਸਰਕਾਰਾਂ, ਪੁਲਿਸ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਦੱਸਦਿਆਂ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਅਜਿਹਾ ਕਾਰਾ ਹੋਣਾ ਬੇਹੱਦ ਸ਼ਰਮਨਾਕ ਹੈ ਅਤੇ ਕਿਤੇ ਨਾ ਕਿਤੇ ਸਰਕਾਰਾਂ, ਪੁਲਿਸ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਇਸ ਕੇਸ ਵਿੱਚ ਪੁਲਿਸ ਵੀ ਮੰਨਦੀ ਹੈ ਕਿ ਉਹਨਾਂ ਤੋਂ ਦੇਰੀ ਹੋਈ ਹੈ, ਜਿਸ ਕਰਕੇ ਪੁਲਿਸ ਵੱਲੋਂ SHO ਨੂੰ ਸਸਪੈਂਡ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਉਹੀ ਪੰਜਾਬ ਹੈ ਜੋ ਪਹਿਲਾਂ ਧੀਆਂ ਨੂੰ ਛੁਡਾਉਂਦਾ ਰਿਹਾ ਹੈ ਅਤੇ ਹਮੇਸ਼ਾ ਧੀਆਂ ਦੀ ਇੱਜ਼ਤ ਬਚਾਉਣ ਵਿੱਚ ਮੋਰੀ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਇੱਥੇ ਹੀ ਸਾਡੀਆਂ ਧੀਆਂ ਭੈਣਾਂ ਸੇਫ ਨਹੀਂ ਹਨ ਤਾਂ ਇਹ ਬੇਹੱਦ ਸ਼ਰਮ ਵਾਲੀ ਗੱਲ ਹੈ। ਦੇਖੋ, ਬਹੁਤ ਹੀ ਚਿੰਤਾਜਨਕ ਅਤੇ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੀ ਧਰਤੀ, ਪੰਜਾਬ ਦੇ ਜਿਹੜੇ ਲੋਕ ਨੇ, ਸਾਡੇ ਪੁਰਖੇ ਜਿਹੜੇ ਨੇ, ਉਹ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਲਈ ਜਾਣੇ ਜਾਂਦੇ ਸੀ। ਅੱਜ ਪੰਜਾਬ ਦੀ ਧਰਤੀ 'ਤੇ ਇਹੋ ਜਿਹੇ ਘਿਨਾਉਣੇ ਕਾਰੇ ਹੋ ਰਹੇ ਨੇ, ਸਖ਼ਤ ਸ਼ਬਦਾਂ ਦੇ ਵਿੱਚ ਅਸੀਂ ਨਿਖੇਧੀ ਕਰਦੇ ਹਾਂ ਅਤੇ ਨਾਲ ਸਰਕਾਰ ਨੂੰ ਵੀ ਇਹ ਕਹਿੰਦੇ ਹਾਂ ਕਿ ਇਮੀਡੀਏਟਲੀ ਕਾਰਵਾਈ ਕਰੋ ਔਰ ਮਿਸਾਲੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਭਵਿੱਖ ਦੇ ਵਿੱਚ ਕੋਈ ਇਹੋ ਜਿਹਾ ਜਿਹੜੇ ਦਰਿੰਦੇ ਨੇ ਉਹ ਇਹੋ ਜਿਹੀ ਕਰਤੂਤ ਕਰਨ ਤੋਂ ਪਹਿਲਾਂ 100 ਵਾਰੀ ਸੋਚਣ। ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਪ੍ਰਬੰਧਕਾਂ ਅਤੇ ਪੰਜਾਬੀ ਪੀਪਲ ਵੈਲਫੇਅਰ ਆਰਗਨਾਈਜੇਸ਼ਨ ਪਟਿਆਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੀਵਨ ਵਿੱਚ ਨੈਤਿਕਤਾ ਵਿਸ਼ੇ 'ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਭਾਈ ਗੁਰਦਾਸ ਹਾਲ ਵਿਖੇ ਕਰਵਾਏ ਗਏ ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਸ਼ਿਰਕਤ ਕੀਤੀ। ਸੈਮੀਨਾਰ ਦੌਰਾਨ ਆਪਣੇ ਸੰਬੋਧਨ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਵਿਚਾਰਧਾਰਾ ਬ੍ਰਹਿਮੰਡੀ ਵਿਚਾਰਧਾਰਾ ਹੈ। ਅਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ 'ਤੇ। ਜੰਮੂ ਦੇ ਪੁਲਵਾਮਾ ਵਿੱਚ ਸੁਰੱਖਿਆ ਬਲਾਂ 'ਤੇ ਉੜੀ ਤੋਂ ਵੀ ਵੱਡਾ ਅੱਤਵਾਦੀ ਹਮਲਾ, 35 ਜਵਾਨ ਸ਼ਹੀਦ, 25 ਜ਼ਖਮੀ। ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਨੇ ਇਸ ਹਮਲੇ ਦੀ ਲਈ ਜ਼ਿੰਮੇਵਾਰੀ, 1 ਕਿਲੋ ਦੇ ਕਰੀਬ IED ਦਾ ਇਸਤੇਮਾਲ ਕੀਤਾ ਧਮਾਕੇ ਲਈ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ 3ਜਾ ਦਿਨ ਵੀ ਰਿਹਾ ਹੰਗਾਮੇ ਭਰਪੂਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪ੍ਰਸਤਾਵ ਹੋਇਆ ਪਾਸ, ਅਕਾਲੀ ਦਲ ਨੇ ਸਦਨ ਦਾ ਕੀਤਾ ਬਾਈਕਾਟ। ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਅਕਾਲੀ ਵਿਧਾਇਕ NK ਸ਼ਰਮਾ ਦੀ ਜਾਇਦਾਦ ਦੀ ਹੋਵੇਗੀ ਜਾਂਚ। ਵਿਧਾਨ ਸਭਾ ਦੇ ਸਪੀਕਰ ਨੇ ਪਿਛਲੇ 10 ਸਾਲਾਂ ਦੌਰਾਨ ਦੋਵਾਂ ਵਿਧਾਇਕਾਂ ਵੱਲੋਂ ਖਰੀਦੀਆਂ ਜਾਇਦਾਦਾਂ ਦੀ ਜਾਂਚ ਦੇ ਜਾਰੀ ਕੀਤੇ ਹੁਕਮ। ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਦੀ ਵੀ ਜਾਇਦਾਦ ਦੀ ਜਾਂਚ ਕੀਤੇ ਜਾਣ ਦੀ ਉੱਠੀ ਮੰਗ। ਸਦਨ ਦੇ ਬਾਹਰ ਅਕਾਲੀ ਦਲ ਨੇ ਵੱਡੇ ਖਿਡੌਣਾ ਸਮਾਰਟਫੋਨ, ਕੈਪਟਨ ਅਮਰਿੰਦਰ ਸਿੰਘ ਤੇ ਵਿੰਨਿਆ ਨਿਸ਼ਾਨਾ। ਵਿਕਰਮ ਮਜੀਠੀਆ ਨੇ ਕਿਹਾ ਕੈਪਟਨ ਨੇ ਮੋਬਾਈਲ ਫੋਨ ਦੇਣ ਦਾ ਕੀਤਾ ਸੀ ਵਾਅਦਾ, ਜਿਸ ਤੋਂ ਮੁਕਰ ਗਏ। ਤੇ ਡੇਰਾ ਬਿਆਸ ਤੇ ਲੱਗੇ ਲੋਕਾਂ ਦੀਆਂ ਜਾਇਦਾਦਾਂ ਤੇ ਕਬਜ਼ਾ ਕਰਨ ਦੇ ਦੋਸ਼, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਸਿੱਖ ਜਥੇਬੰਦੀਆਂ ਨੇ ਗੁਰਵਿੰਦਰ ਸਿੰਘ ਢਿੱਲੋਂ ਤੇ ਲਗਾਏ ਇਲਜ਼ਾਮ, ਮੁੱਖ ਮੰਤਰੀ ਤੋਂ ਵੀ ਮੰਗਿਆ ਇਨਸਾਫ਼। ਇਸ ਦੇ ਨਾਲ ਹੀ TV 84 ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।